ਕੈਪਟਨ ਦੇ ਕਰੀਬੀ ਚਾਹਲ ਕਰ ਅੱਧਾ ਘੰਟਾ ਵੱਜਦੀਆਂ ਰਹੀਆਂ ਨੇ ਵਿਜੀਲੈਂਸ ਦੀਆਂ ਕਾਂਟੀਆਂ ਪਰ ਕਿਸੇ ਨੇ ਨਹੀਂ ਖੋਲਿਆ ਗੇਟ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਦੇ ਅਖੀਰ ਤੱਕ ਜਰੂਰ ਬਨੇ ਰਹੋ ਕਿਉਂਕਿ ਇੱਕ ਵਾਰ ਫਿਰ ਤੋਂ ਲੈ ਕੇ ਹਾਸਰਾ ਖਾਸ ਜਾਣਕਾਰੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਤੇ ਭਰਤਿੰਦਰ ਸਿੰਘ ਚਾਹਲ ਦੀਆਂ ਮੁਸ਼ਕਲਾਂ ਘਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਵਿਜੀਲੈਂਸ ਟੀਮ ਦੇ ਵੱਲੋਂ ਪਟਿਆਲਾ ਤਵਾਕਲੀ ਮੋ ਅਸਥਿਤ ਉਸਦੀ ਕੋਠੀ ਤੇ ਜਿਹੜਾ ਛਾਪਾ ਮਾਰਿਆ ਪਰ ਕਰੀਬ ਅੱਧਾ ਘੰਟਾ ਘੰਟੀਆਂ ਵਜਾਈਆਂ ਗਈਆਂ ਪਰ ਐਸੇ ਦੌਰਾਨ ਕਿਸੇ ਨੇ ਗੇਟ ਤੱਕ ਨਹੀਂ ਖੋਲਿਆ ਇਸ ਤੋਂ ਬਾਅਦ ਵਿਜੀਲੈਂਸ ਟੀਮ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ ਦੱਸਿਆ ਜਾ ਰਿਹਾ ਹੈ ਵਿਜੀਲੈਂਸ ਦੀ ਟੀਮ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਚਾਹਲ ਨੂੰ ਗ੍ਰਿਫਤਾਰ ਕਰਨ ਦੇ ਲਈ ਉਹਨਾਂ ਦੇ ਘਰ ਪਹੁੰਚੀ ਸੀ ਇੱਕ ਸੱਤ ਮੈਂਬਰ ਦੀ ਟੀਮ ਸੀ ਅਤੇ ਦੋ ਮਹਿਲਾ ਅਧਿਕਾਰੀਆਂ ਦੇ ਵਿੱਚ ਸ਼ਾਮਿਲ ਸਨ ਜ਼ਿਕਰਯੋਗ ਆ ਪੰਜਾਬ ਵਿਜੀਲੈਂਸ ਬਿਊਰੋ ਨੇ ਅਗਸਤ 2023 ਦੇ ਵਿੱਚ ਭਾਰਤੀਨ ਦਾ ਚਾਹਲ ਖਿਲਾਫ ਜਿਹੜਾ ਆਮਦਨ ਤੋਂ ਉਵੱਦ ਜਾਇਦਾਦ ਕਿ ਸਟਾਰਟ ਕੀਤਾ ਸੀ ਮਾਰਚ 2017 ਤੋਂ ਸਤੰਬਰ 2021 ਤੱਕ ਚਾਹਲ ਦਾ ਖਰਚ ਆਮਦਨ ਤੋਂ ਵੱਧ ਸੀ ਪਰਿਵਾਰ ਦੀ ਕੁੱਲ ਆਮਦਨ 7 ਕਰੋੜ 85 ਲੱਖ 16905 ਰੁਪਏ ਸੀ ਜਦਕਿ ਖਰਚਾ 31 ਕਰੋੜ 79 ਲੱਖ 99000 ਅਤੇ 11 ਰੁਪਏ ਇਹ ਖਰਚਾ ਚਾਹਲ ਦੀ ਆਮਦਨ ਦੇ ਸਰੋਤਾਂ ਦੇ ਨਾਲੋਂ ਕਰੀਬ 305% ਦੀ ਵਾਧ ਵਿਜੀਲੈਂਸ ਨੇ ਚਾਹਲ ਦੀਆਂ ਜਾਇਦਾਦਾਂ ਨੂੰ ਜਾਂਚਦੇ ਘੇਰੇ ਦੇ ਵਿੱਚ ਲਿਆਂਦਾ ਅਤੇ ਵਿਜੀਲੈਂਸ ਨੇ ਸਰਹੰਦ ਰੋਡ ਤੇ ਸਥਿਤ ਦਸ਼ਮੇਸ਼ ਲਗਜ਼ਰੀ ਰੀਸੋਰਟ ਦੀ ਜਾਂਚ ਕੀਤੀ ਜਿਸ ਦੇ ਵਿੱਚ ਪਟਿਆਲਾ ਦੇ ਮਿਨੀ ਸਕਤਰੇਤ ਰੋਡ ਤੇ 2595 ਗਜ਼ ਦੀ ਪਣੀ ਪੰਜ ਮੰਜਲਾ ਕਮਰਸ਼ੀਅਲ ਇਮਾਰਤ ਅਤੇ ਪਿੰਡ ਕਲਿਆਣ ਦੇ ਵਿੱਚ 72 ਕਨਾਲ 14 ਮਰਲੇ ਜਿਹੜੀ ਇਹ ਜ਼ਮੀਨ ਹੈ ਵਿਜੀਲੈਂਸ ਟੀਮ ਨੇ ਇਹਨਾਂ ਜਾਇਦਾਦਾਂ ਨੂੰ ਵੀ ਮਾਪਿਆ ਤਾਂ ਅਸੀਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਉਹ ਵੀ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਸਨ ਚਾਹਲ 1990 ਦੀ ਦਹਾਕੇ ਦੇ ਵਿੱਚ ਜਨ ਸੰਪਰਕ ਅਧਿਕਾਰੀ ਸਨ ਬਾਅਦ ਵਿੱਚ ਕੈਪਟਨ ਦੇ ਬਹੁਤ ਕਰੀਬੀ ਬਣ ਗਏ ਸਨ 2002 ਦੇ ਵਿੱਚ ਅਮਰਿੰਦਰ ਸਿੰਘ ਨੇ ਚਾਹਲ ਨੂੰ ਆਪਣਾ ਮੀਡੀਆ ਸਟੇਪ ਕਾਰਪਨ ਆਇਆ ਸੀ ਸੋ ਇਸੇ ਦੌਰਾਨ ਹੁਣ ਉਸ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਲੱਭਣ ਦੇ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ ਪਰ ਵਿਜੀਲੈਂਸ ਦੇ ਫੌਲੋ ਜਦੋਂ ਰੇਡ ਕੀਤੀ ਗਈ ਆ ਹਾਲਾਂਕਿ ਉਹਨਾਂ ਦੇ ਵੱਲੋਂ ਦਰਵਾਜ਼ਾ ਤੱਕ ਨਹੀਂ ਖੋਲਿਆ ਗਿਆ ਅੱਧਾ ਘੰਟਾ ਘੰਟੀਆਂ ਵੱਜਦੀਆਂ ਰਹੀਆਂ ਨਹੀਂ ਦਰਵਾਜ਼ੇ ਦੀਆਂ ਪਾਰ ਇਸੇ ਦੌਰਾਨ ਦਰਵਾਜ਼ਾ ਨਹੀਂ ਖੋਲਿਆ ਗਿਆ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ 'ਚ ਕੀ ਨਵਾਂ ਖੁਲਾਸਾ ਹੁੰਦਾ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਤੇ ਰਾਹੀਂ ਦੱਸ ਸਕਦੇ ਹੋ